सोच न वाया गास एहो वक्त दी है आवाज एहो वक्त दी है आवाज किसी दे कोलों बदला लैण दे विच समा व्यर्थ न गवाओ किसी ने तुहाडे नाल नजायज कीता पूरा कीता है ओहदे नाल बदला लैण दे विच अपना समा व्यर्थ न गवाओ जी क्योंकि जेड़ा तुहानू चोट पहुंचा दे है वो अपने कर्मा दा एक दिन आएगा खुद सामना जरूर करेगा खुद धन गुरु रामदास जी धन गुरु रामदास जी जिन्ने तुहानू चोट पहुंचाई है ना एक कर्म गति है घूम के फिर वो कर्म सामने आके खलो जाते हैं भावे वह बीजे हुए चंगे कर्म ने ते भावे वह बीजे हुए मंदे कर्म ने एक कर्म गति है जे मान लो तुहाडे नाल किसी ने बुरा किया है ना ओहदे कोलों बदला लैण विच अपना समा बर्बाद ना करो समा व्यर्थ ना गवाओ समा व्यर्थ ना गवाओ क्योंकि जिन्हां ने तुहानू चोट पहुंचाई है ना वो एक दिन खुद अपने कीते हुए कर्मां दा सामना जरूर करनगे आखो धन गुरु रामदास जी धन गुरु रामदास जी प्यार न लखो न जी धन बागा एक श्री धन नहीं बापू जी दा नाम लो गज के धन बाबा एक श्री अगली गल इहदे नाल मेल खा लई सुनियो अपमान दा बदला मान लो तुहाडा किसी ने दिल दुखाया किसी ने अपमान कीता किसी ने बुरे बोल बोले ਇਹ ਜਿੰਨੀਆਂ ਮੈਂ ਗੱਲਾਂ ਕਰਦਾ ਘਰੇਲੂ ਲੈਵਲ ਦੀਆਂ ਕਰਦਾ ਘਰੇਲੂ ਲੈਵਲ ਦੀਆਂ ਔਰ ਜਿਹੜੇ ਰੋਜ਼ ਤੁਸੀਂ ਕਥਾ ਕੀਰਤਨ ਦੇ ਨਾਲ ਜੁੜਦੇ ਹੋ ਤੁਹਾਨੂੰ ਸਭ ਨੂੰ ਪਤਾ ਹੈ ਮੈਂ ਇੱਕੋ ਮੋਟਿਵ ਲੈ ਕੇ ਚੱਲਿਆ ਹੋਇਆ ਅਸੀਂ ਕੋਈ ਸਮਾਜ ਨੂੰ ਨਹੀਂ ਸੁਧਾਰਨਾ ਅਸੀਂ ਦੂਜਿਆਂ ਨੂੰ ਚੇਂਜ ਨਹੀਂ ਕਰਨਾ ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ ਖੁਦ ਧੰਨ ਗੁਰੂ ਰਾਮਦਾਸ ਜੀ ਆਪਣੇ ਆਪ ਨੂੰ ਬਦਲਣਾ ਹੈ ਇਸੇ ਲਈ ਤੇ ਮਹਾਰਾਜ ਨੇ ਬਾਣੀ ਵਿੱਚ ਫਰੀਦ ਸਾਹਿਬ ਦੀ ਰਸਨਾ ਤੇ ਬਹਿ ਕੇ ਇਹ ਬਚਨ ਬੁਲਵਾਏ ਨੇ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਪਹਿਲੇ ਆਪਣੇ ਆਪ ਨੂੰ ਸਵਾਰ ਅਸੀਂ ਦੂਜਿਆਂ ਨੂੰ ਸਵਾਰਨ ਵੱਲ ਬੜਾ ਸਮਾਂ ਲਗਾ ਦਿੰਦੇ ਉਹ ਇੱਦਾਂ ਚੱਲੇ ਉਹ ਇੱਦਾਂ ਚੱਲੇ ਉਹ ਇੱਦਾਂ ਕਰੇ ਉਹ ਇੱਦਾਂ ਕਿਉਂ ਨਹੀਂ ਕਰਦਾ ਅਸੀਂ ਆਪਣੇ ਆਪ ਨੂੰ ਸਵਾਰੀਏ ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਅਪਮਾਨ ਦਾ ਬਦਲਾ ਝਗੜੇ ਜਾਂ ਲੜਾਈ ਨਾਲ ਨਹੀਂ ਬਲਕਿ ਸ਼ਾਂਤੀ ਨਾਲ ਤੇ ਕਾਮਯਾਬ ਹੋ ਕੇ ਲਿਆ ਕਰੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸ਼ਾਂਤੀ ਨਾਲ ਤੇ ਕਾਮਯਾਬ ਹੋ ਕੇ ਇਹਨਾਂ ਲੋ ਬਦਲਾ ਮੰਨ ਲਓ ਹੁਣ ਕਿਸੇ ਨੇ ਤੁਹਾਨੂੰ ਤਾਨਾ ਮਾਰਤਾ ਵੀ ਇਹ ਤੇ ਨਿਕੰਮਾ ਕੱਖ ਨਹੀਂ ਕਰ ਸਕਦਾ ਕਿਸੇ ਜੋਗਾ ਨਹੀਂ ਇਹ ਕੱਖ ਕਰਨ ਜੋਗਾ ਨਹੀਂ ਤਾਨਾ ਮਾਰਤਾ ਚਾਰ ਬੰਦਿਆਂ ਨੇ ਤੁਹਾਡੀ ਬੇਇੱਜ਼ਤੀ ਕਰ ਦਿੱਤੀ ਤੁਸੀਂ ਚੱਕੀ ਡਾਂਗ ਲੜਾਈ ਝਗੜੇ ਸ਼ੁਰੂ ਕਰਤੇ ਇਹਦਾ ਨਹੀਂ ਉਹਦੀ ਗੱਲ ਉਸ ਵੇਲੇ ਦਿਲ ਤੇ ਨੋਟ ਕਰ ਲੈਣੀ ਇਸ ਕਰਕੇ ਨਹੀਂ ਕਿ ਮੈਂ ਇਹਦੇ ਕੋਲ ਇੱਕ ਸਮਾਂ ਆਏਗਾ ਬਦਲਾ ਲੈਣਾ ਨਹੀਂ 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 ਆਪਣੇ ਆਪ ਦੀ ਤਰੱਕੀ ਦੇ ਲਈ ਉਹਦੀ ਗੱਲ ਆਪਣੇ ਦਿਲ ਦੇ ਉੱਤੇ ਨੋਟ ਕਰ ਲੈਣੀ ਇਹਨੇ ਮੈਨੂੰ ਤਾਨਾ ਮਾਰਿਆ ਇਹਦੇ ਨਾਲ ਮੈਂ ਕੋਈ ਲੜਾਈ ਝਗੜਾ ਨਹੀਂ ਕਰਨਾ ਜਿਹੜੀ ਚੀਜ਼ ਵਿੱਚ ਇਹ ਕਹਿ ਰਿਹਾ ਨਾ ਕਿ ਮੈਂ ਨਿਕੰਮਾ ਵਾਂ ਮੈਂ ਕੰਮ ਨਹੀਂ ਕਰ ਸਕਦਾ ਬਸ ਉਹੀ ਚੀਜ਼ ਵਿੱਚ ਮਿਹਨਤ ਕਰਕੇ ਮੈਂ ਕਾਮਯਾਬ ਹੋ ਕੇ ਵਿਖਾਉਣਾ ਹੈ ਖੁਦ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਯਾਰ ਨਾ ਲਖੋ ਨਾ ਜੀ ਧੰਨ ਬਾਬਾ ਇੱਕ ਸਿੰਘ ਫਿਰ ਆਖੋ ਧੰਨ ਬਾਬਾ ਇੱਕ ਸਿੰਘ ਜੀ ਕਰੋ ਮਿਹਨਤ ਆਪਣੀ ਫੀਲਡ ਦੇ ਵਿੱਚ ਡਟ ਡਟ ਕੇ ਮਿਹਨਤ ਕਰੋ ਤੇ ਮਿਹਨਤ ਕਰਨ ਤੋਂ ਬਾਅਦ ਕਾਮਯਾਬ ਹੋ ਕੇ ਵਿਖਾਓ ਉਹਨੂੰ ਤੇ ਇੱਕ ਚੀਜ਼ ਨਹੀਂ ਭੁੱਲਣੀ ਡਟ ਡਟ ਕੇ ਆਪਣੀ ਫੀਲਡ ਦੇ ਵਿੱਚ ਮਿਹਨਤ ਵੀ ਕਰਨੀ ਹੈ ਪਰ ਅੰਮ੍ਰਿਤ ਵੇਲਾ ਵੀ ਨਾਲ ਸਵਾਲਣਾ ਹੈ ਪਾਣੀ ਦਾ ਪਹਿਰਾ ਵੀ ਨਾਲ ਵਧਾ ਦੇਣਾ ਹੈ ਸਿਮਰਨ ਦਾ ਪਹਿਰਾ ਵੀ ਨਾਲ ਵਧਾ ਦੇਣਾ ਹੈ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਕਹਿਣਾ ਬਾਬਾ ਮੇਰੀ ਮਿਹਨਤ ਵੀ ਰੰਗ ਤਾਂ ਲਿਆਏਗੀ ਜੇ ਮੇਰੀ ਮਿਹਨਤ ਦੇ ਵਿੱਚ ਤੇਰੀ ਰਹਿਮਤ ਕੰਮ ਕਰਨ ਲੱਗ ਪਏਗੀ ਮਿਹਨਤ ਮੇਰੀ ਰਹਿਮਤ ਤੇਰੀ ਸਾਰੇ ਬੋਲੋ ਮਿਹਨਤ ਮੇਰੀ ਰਹਿਮਤ ਤੇਰੀ ਮੇਰੀ ਮਿਹਨਤ ਵੀ ਉਦੋਂ ਰੰਗ ਲਿਆਏਗੀ ਜਦੋਂ ਤੇਰੀ ਰਹਿਮਤ ਵਿੱਚ ਸ਼ਾਮਲ ਹੋ ਜਾਏਗੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਐਵੇਂ ਜੇ ਕਿਸੇ ਨੇ ਤੁਹਾਡਾ ਕੋਈ ਅਪਮਾਨ ਕੀ ਪਹਿਲੇ ਕੁਝ ਸਮਾਂ ਪਹਿਲੇ ਮੇਰਾ ਵੀ ਉਹੀ ਸੁਭਾਅ ਸੀ ਅੱਛਾ ਇਹਨੇ ਇੱਕ ਗੱਲ ਕਹੀ ਮੈਂ ਦੱਸ ਸੁਣਾਉਣੀ ਆ ਨੇ ਤੂੰ ਮੈਂ ਆਪਣੀ ਗੱਲ ਕਰਨੀ ਪਰ ਜਿਉਂ ਜਿਉਂ ਇਹ ਤੁਹਾਡੇ ਰੰਗੇ ਹੋਇਆਂ ਦੀ ਸੰਗਤ ਮਿਲ ਗਈ
ਤੁਹਾਡੀ ਵਾਈਬ੍ਰੇਸ਼ਨ ਦਾ ਸਦਕਾ ਮੇਰੇ ਤੇ ਵੀ ਇਹੋ ਜਿਹਾ ਅਸਰ ਪੈ ਰਿਹਾ। ਨਹੀਂ ਜੇ ਕਿਸੇ ਨੇ ਅਪਮਾਨ ਕਰ ਹੀ ਦਿੱਤਾ, ਬੁਰੇ ਬੋਲ ਬੋਲ ਹੀ ਦਿੱਤੇ, ਠਾਹ ਚੱਕ ਕੇ ਬਸ ਬੋਲ ਦਿੱਤਾ, ਮੈਨੂੰ ਇੰਨਾ ਕਿਉਂ ਕੀਤਾ, ਤੂੰ ਇੰਨਾ ਹੀ ਨਹੀਂ ਦੇ। ਉਹਨੇ ਕਰਮ ਬੀਜੇ ਨੇ, ਅਸੀਂ ਉਹਦਾ ਤੇ ਸੌਦਾ ਖਰੀਦਿਆ ਹੀ ਕੋਈ ਨਹੀਂ ਆ। ਖੁਦ ਧੰਨ ਗੁਰੂ ਰਾਮਦਾਸ ਜੀ, ਉਹਨੇ ਕਰਮ ਬੀਜ ਲਏ ਨੇ, ਕੋਈ ਗੱਲ ਨਹੀਂ। ਜੇ ਬੁਰੇ ਬੋਲ ਬੋਲੇ ਨੇ, ਅਪਮਾਨ ਕੀਤਾ, ਉਹਦੇ ਅਪਮਾਨ ਦਾ ਬਦਲਾ ਅਸੀਂ ਲੜਾਈ ਝਗੜਾ ਕਰਕੇ ਨਹੀਂ ਲੈਣਾ, ਕਾਮਯਾਬ ਹੋ ਕੇ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਲੱਖੋ ਲੈ ਜੀ, ਧੰਨ ਬਾਬਾ।